ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 8ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਰੀਡਰ ਉਸ ਦਾ ਪ੍ਰੋਜ਼ ਪਾਰਟ 5 ਜਿਸ ਦਾ ਸਿਰਲੇਖ ਹੈ ਔਰ ਨੈਸ਼ਨਲ ਸਿੰਬल्स ਅਰਥਾਤ ਸਾਡੇ ਰਾਸ਼ਟਰੀ ਚਿੰਨ ਇਸ ਸਬਕ ਦੀ ਅਸੀਂ ਰੀਡਿੰਗ ਕਰਾਂਗੇ ਇਹਨੂੰ ਪੜਾਂਗੇ ਐਂਡ ਟ੍ਰਾਂਸਲੇਸ਼ਨ ਦਾ ਉਲਟਾ ਕਰਾਂਗੇ ਤਰਜਮਾ ਕਰਾਂਗੇ ਅਨੁਵਾਦ ਕਰਾਂਗੇ ਸੋ ਤੁਸੀਂ ਸਾਰੇ ਆਪਣੀ ਨੋਟਬੁੱਕ ਲੈ ਲਓ ਤੇ ਪੈਨ ਲੈ ਲਓ ਜਿਹੜੇ ਜਿਹੜੇ ਸ਼ਬਦ ਇਹ ਚ ਆਈ ਜਾਣਗੇ ਸ਼ਬਦ ਜੋੜ ਆਈ ਜਾਣਗੇ ਉਹਨਾਂ ਦੇ ਅਰਥ ਤੁਸੀਂ ਬ੍ਰੈਕਟਸ ਪਾ ਕੇ ਆਪਣਾ ਪੰਜਾਬੀ ਵਿੱਚ ਨਾਲ ਲਿਖੀ ਜਾਣੇ ਨੇ ਤੇ ਹੋਰ ਗੱਲਾਂ ਜਿਹੜੀ ਜ਼ੁਬਾਨੀ ਤੌਰ ਤੇ ਦੱਸੀਆਂ ਜਾਣਗੀਆਂ ਤੁਸੀਂ ਉਹਨਾਂ ਨੂੰ ਵੀ ਧਿਆਨ ਨਾਲ ਸੁਣ ਕੇ ਆਪਣੇ ਨੋਟਸ ਬਣਾ ਲੈਣੇ ਨੇ ਸੋ ਆਓ ਸ਼ੁਰੂ ਕਰੀਏ Every independent country of the world has some national symbols of its own. ਐਵਰੀ ਮਨੇ ਹਰੇਕ ਇੰਡੀਪੈਂਡੈਂਟ ਆਜ਼ਾਦ ਕੰਟਰੀ ਮਨੇ ਦੇਸ਼ ਆਫ ਦਾ ਵਰਲਡ ਦੁਨੀਆ ਦਾ ਹੈਜ਼ ਹੁੰਦੇ ਹਨ ਸਮ ਕੁਝ ਨੈਸ਼ਨਲ ਰਾਸ਼ਟਰੀ ਚਿੰਨ ਆਫ ਇਟਸ ਓਨ ਉਹਦੇ ਆਪਣੇ। ਸੋ ਇਹ ਬਣ ਗਿਆ ਸੈਂਟੈਂਸ ਦੁਨੀਆ ਦੇ ਹਰੇਕ ਆਜ਼ਾਦ ਦੇਸ਼ ਤੇ ਆਪਣੇ ਆਫ ਇਟਸ ਓਨ ਆਪਣੇ ਕੁਝ ਰਾਸ਼ਟਰੀ ਚਿੰਨ ਹੁੰਦੇ ਹਨ। ਠੀਕ ਹੈ ਇਹ ਨਾਲ ਨਾਲ ਬੱਚੇ ਪੰਜਾਬੀ ਚ ਪੂਰਾ ਵਾਕ ਇਸ ਕਰਕੇ ਲਿਖ ਰਿਹਾ ਕਿ ਤੁਹਾਡੀ ਕਿਸਮ ਦੀ ਵੀ ਟ੍ਰਾਂਸਲੇਸ਼ਨ ਦੀ ਜੋ ਪ੍ਰੈਕਟਿਸ ਹੈ ਅਭਿਆਸ ਹੀ ਹੋਊਗਾ ਹੁੰਦਾ ਰਹੇਗਾ ਇਹ ਅੰਗਰੇਜ਼ੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਅੰਗਰੇਜ਼ੀ ਤੁਸੀਂ ਇਹ ਤੁਹਾਡੇ ਵਾਸਤੇ ਮਤਲਬ ਕਿ ਕਿਸਮ ਦੇ ਉਦਾਹਰਣ ਦੇ ਨਾਲ ਨਾਲ ਠੀਕ ਹੈ ਸੋ ði ਸਿਮਬਲਸ ਐਚ ਇਨ ਇਨਸਪਾਇਰ ਮੈਨ ਨੇ ਉਂਦਾ ਪ੍ਰੇਰਣਾ ਕਰਨੀ ਐਂਡ ਯੂਨਾਈਟ ਮੈਨ ਨੇ ਜੱਥੇਬੰਦ ਕਰਨਾ ਇਟਸ ਪੀਪਲ ਇਹ ਚਿਨ ਆਪਣੇ ਲੋਕਾਂ ਨੂੰ ਪ੍ਰੇਰਿਤ ਅਤੇ ਜਥੇ ਬੰਦ ਕਰਦੇ ਹਨ ਠੀਕ ਹੈ ਮਤਲਬ ਕਿ ਇਹੜੇ ਚਿੰਨ੍ਹ ਹੈਗੇ ਨੇ ਇਹ ਸਾਨੂੰ ਪ੍ਰੇਰਣਾ ਦਿੰਦੇ ਹਨ ਤੇ ਸਾਨੂੰ ਇੱਕ ਮੁਠ ਰਹਿਣ ਦੀ ਮਤਲਬ ਕਿ ਆਦਤ ਬਖਸ਼ਦੇ ਹਨ ਠੀਕ ਹੈ ਦੇ ਸਟੈਂਡ ਫॉर ਦੀ ਵੇਰੀਅਸ ਕਲਚਰਲ ਫੀਚਰਸ ਕਲਚਰ ਮੈਨ ਉਹਦਾ ਸਭਿਆਚਾਰ ਤੇ ਕਲਚਰਲ ਦਾ ਮਤਲਬ ਹੋ ਗਿਆ ਸਭਿਆਚਾਰਕ ਤੇ ਫੀਚਰਸ ਹੁੰਦੇ ਨੇ ਕੁਝ ਨਿਸ਼ਾਨ ਕੁਝ ਨਕਸ਼ੋਨਹਾਰ ਠੀਕ ਹੈ ਐਂਡ ਵੈਲਿਊ ਸਕੀਮਾਂ ਆਫ ਥੈਟ ਨੇਸ਼ਨ ਉਹ ਉਸ ਦੇਸ਼ ਦੇ ਅਨੇਕਾਂ ਕਿਸਮਾਂ ਦੇ ਸੱਭਿਆਚਾਰਕ ਨਕਸ਼ ਨੂੰ ਹਾਰਾਂ ਜੋ ਫੀਚਰਸ ਹੈਗਾ ਨਕਸ਼ ਨੂੰ ਹਾਰਾਂ ਅਤੇ ਕੀਮਤਾਂ ਨੂੰ ਦਰਸਾਉਂਦੇ ਹਨ ਦਰਸਾਉਂਦੇ ਹਨ ਸਟੈਂਡ ਫਾਰ ਇੰਡੀਕੇਟ ਠੀਕ ਹੈ ਓਕੇ ਦੀ ਸਿੰਬਲਸ ਪਲੇ ਐਨ ਇੰਪੋਰਟੈਂਟ ਰੋਲ ਉਹਨੇ ਪਲੇ ਐਨ ਇੰਪੋਰਟੈਂਟ ਰੋਲ ਬੱਚੇ ਸ਼ਬਦ ਜੋੜ ਬੜਾ ਹੀ ਆਮ ਵਰਤਿਆ ਜਾਣ ਵਾਲਾ ਸ਼ਬਦ ਜੋੜ ਹੈ ਪਲੇ ਐਨ ਇੰਪੋਰਟੈਂਟ ਰੋਲ ਸੋ ਐਜ਼ ਇਨ ਤੁਸੀਂ ਕੰਟ ਕਰ ਸਕਦੇ ਹੋ ਸੋ ਪਲੇ ਐਨ ਇੰਪੋਰਟੈਂਟ ਰੋਲ ਦਾ ਮਤਲਬ ਹੁੰਦਾ ਹੈ ਅਹਿਮ ਭੂਮਿਕਾ ਅਦਾ ਕਰਨੀ ਠੀਕ ਹੈ ਸੋ ði ਸਿਮਬਲਸ ਇਨ ਮੋਟੀਵੇਟਿੰਗ ਮੋਟੀਵੇਟ ਹੁੰਦਾ ਹੈ ਹੱਲਾਸ਼ੇਰੀ ਦੇਣੀ ਠੀਕ ਹੈ ਹੌਸਲਾ ਫਸਾਈ ਕਰਨੀ ði ਪੀਪਲ ਆਫ ði ਨੇਸ਼ਨ ਟੂ ਵਰਕ ਟੁਗੇਦਰ ਇਹ ਚਨ ਦੇਸ਼ ਦੇ ਲੋਕਾਂ ਨੂੰ ਇੱਕ ਇੱਕ ਮੁੱਠ ਹੋ ਕੇ ਕੰਮ ਕਰਨ ਲਈ ਉਤਸ਼ਾਹਿਤ ਹੈ ਜਿਹੜਾ ਮੈਂ ਕਿਹਾ ਹੱਲਾਸ਼ੇਰੀ ਮੋਟੀਵੇਟਿੰਗ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ ਅਹਿਮ ਭੂਮਿਕਾ ਅਦਾ ਕਰਦੇ ਨੇ ਪਲੇ ਐਨ ਇੰਪੋਰਟੈਂਟ ਰੋਲ ਠੀਕ ਹੈ ਮੋਟੀਵੇਟ ਹੁੰਦਾ ਹੈ ਉਤਸ਼ਾਹਿਤ ਕਰਨਾ ਹੱਲਾਸ਼ੇਰੀ ਦੇਣੀ ਹੌਸਲਾ ਦੇਣਾ ਇਹਨੂੰ ਕਹਿੰਦੇ ਨੇ ਮੋਟੀਵੇਸ਼ਨ ਮੋਟੀਵੇਟ ਕਰਨਾ ਠੀਕ ਹੈ ਸੋ ਥੀਸ ਸਿੰਬल्स ਪਲੇ ਐਨ ਇੰਪੋਰਟੈਂਟ ਰੋਲ ਮਲਕੀ ਇੱਕ ਅਹਿਮ ਭੂਮਿਕਾ ਅਦਾ ਕਰਦੇ ਨੇ ਦੇਸ਼ ਦੇ ਲੋਕਾਂ ਨੂੰ ਇੱਕ ਮੁੱਠ ਹੋ ਕੇ ਕੰਮ ਕਰਨ ਲਈ ਹੌਸਲਾ ਦਿੰਦੇ ਨੇ ਉਹਨਾਂ ਨੂੰ ਉਤਸ਼ਾਹਿਤ ਕਰਦੇ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਨੇ ਦੇ ਉਹ ਕਨਸਟੈਂਟਲੀ ਮਨੇ ਲਗਾਤਾਰ ਹਰ ਵੇਲੇ ਰਿਮਾਈਂਡ ਦਾ ਪੀਪਲ ਰਿਮਾਈਂਡ ਮਨੇ ਚੇਤੇ ਕਰਾਉਂਦੇ ਨੇ ਦਾ ਪੀਪਲ ਆਫ देयर ਗ੍ਰੇਟ ਮਹਾਨ ਕਲਚਰਲ ਸੱਭਿਆਚਾਰ ਚਾਰਕ ਐਂਡ ਨੈਸ਼ਨਲ ਨੇਸ਼ਨ ਮਨੇ ਰਾਸ਼ਟਰ ਨੈਸ਼ਨਲ ਮਨੇ ਰਾਸ਼ਟਰੀ ਵੈਲਿਊਜ਼ ਮਨੇ ਕੀਮਤਾਂ ਉਹ ਲੋਕਾਂ ਨੂੰ ਅੱਠੇ ਪਹਿਰ ਹੁੰਦਾ ਨਾ ਅੱਠੇ ਪਹਿਰ ਕੀ ਹੁੰਦਾ ਬੱਚਿਓ ਇੱਕ ਪਹਿਰ ਹੁੰਦਾ 3 ਘੰਟੇ ਦਾ ਠੀਕ ਹੈ ਇੱਕ ਪਹਿਰ ਹੁੰਦਾ 3 ਘੰਟੇ ਦਾ ਤੇ 8 ਪਹਿਰ ਕਿੰਨੇ ਹੋ ਗਏ 3 8 24 ਅਰਥਾਤ ਹਮੇਸ਼ਾ ਅਠ ਪਹਿਰ ਦਾ ਹੁੰਦਾ ਇਹ ਮੁਹਾਵਰਾ ਮੈਂ ਜਾਣ ਕੇ ਵਰਤਿਆ ਹੁਣ ਹੈ ਰਿਮਾਈਂਡ ਕਨਸਟੈਂਟਲੀ ਹੁੰਦਾ ਹੈ ਲਗਾਤਾਰ ਹਰ ਵੇਲੇ ਤੇ ਦੂਜਾ ਕਿਉਂਕਿ ਤੁਸੀਂ ਸ਼ਬਦਾਂ ਦੇ ਭੰਡਾਰ ਨੂੰ ਵੱਡਾ ਕਰਨਾ ਹੈ ਵਧਿਆ ਕਰਨਾ ਇਸ ਕਰਕੇ ਮੈਂ ਜਾਣ ਕੇ ਵਰਤਿਆ ਅਠੇ ਪਹਿਰ ਅਰਥਾਤ ਹਰ ਵੇਲੇ ਜਾਂ 24 ਘੰਟੇ ਜਿੱਦਾਂ ਅਸੀਂ ਕਹਿ ਦਿੰਦੇ ਹਾਂ ਉਹ ਲੋਕਾਂ ਨੂੰ ਅਠੇ ਪਹਿਰ ਉਹਨਾਂ ਦੀਆਂ ਮਹਾਨ ਸੱਭਿਆਚਾਰਕ ਅਤੇ ਕੌਮੀ ਮਾਨਤਾਵਾਂ ਮਾਨਤਾਵਾਂ ਠੀਕ ਹੈ ਵੈਲਿਊਜ਼ ਕਰ ਸਕਦੇ ਆ ਮਹਾਨਤਾਵਾਂ ਕਰ ਸਕਦੇ ਆ ਕੀਮਤਾ ਕਰ ਸਕਦੇ ਆ ਦੀ ਯਾਦ ਦਿਵਾਉਂਦੇ ਹਨ ਰਿਮਾਈਂਡ ਰਿਮਾਈਂਡ ਮੈਨ ਚੇਤਾ ਕਰਾਉਂਦੇ ਹਨ ਯਾਦ ਦਿਵਾਉਂਦੇ ਹਨ ਠੀਕ ਹੈ ਓਕੇ ਦੀ ਨੈਸ਼ਨਲ ਸਿੰਬल्स ਆਫ आवर ਕੰਟਰੀ ਆਰ ਸੱਤ ਅਗੇ ਠੀਕ ਹੈ ਦੀ ਸੈਵਨ ਦੀ ਨੈਸ਼ਨਲ ਸਿੰਬल्स ਆਫ आवर ਕੰਟਰੀ ਆਰ ਸਾਡੇ ਦੇਸ਼ ਦੇ ਕੌਮੀ ਚਿੰਨ੍ਹ ਹਨ ਪਹਿਲਾ ਆਵਰ ਨੈਸ਼ਨਲ ਫਲੈਗ ਸਾਡਾ ਕੌਮੀ ਝੰਡਾ ਆਵਰ ਨੈਸ਼ਨਲ ਐਮਬਲਮ ਸਾਡਾ ਕੌਮੀ ਪ੍ਰਤੀਕ ਅਵਰ ਨੈਸ਼ਨਲ ਐਂਥਮ ਸਾਡਾ ਕੌਮੀ ਗਾਣ ਅਵਰ ਨੈਸ਼ਨਲ Song ਸਾਡਾ ਕੌਮੀ ਗੀਤ ਅਵਰ ਨੈਸ਼ਨਲ ਐਨੀਮਲ ਸਾਡਾ ਕੌਮੀ ਜਾਨਵਰ ਅਵਰ ਨੈਸ਼ਨਲ ਬਰਡ ਸਾਡਾ ਕੌਮੀ ਪੰਛੀ ਅਵਰ ਨੈਸ਼ਨਲ ਫਲਾਵਰ ਸਾਡਾ ਕੌਮੀ ਫੁੱਲ ਬੱਚੋ ਜਿਹੜਾ Song ਹੈ ਅਤੇ ਗੀਤ ਹੈ ਇਹ ਪਤਾ ਹੈ ਐਂਥਮ ਦਾ ਮਤਲਬ ਵੀ ਗੀਤ ਹੀ ਹੁੰਦਾ ਪਰ ਐਂਥਮ ਹੁੰਦਾ ਇੱਕ ਖਾਸ ਕਿਸਮ ਦਾ ਗੀਤ ਜੋ ਕਿਸੇ ਸੰਸਥਾ ਨੂੰ ਸਮਰਪਿਤ ਹੋਵੇ ਕਿਸੇ ਵਿਦਿਅਕ ادارے ਨੂੰ ਸਮਰਪਿਤ ਹੋਵੇ ਕਿਸੇ ਦੇਸ਼ ਨੂੰ ਸਮਰਪਿਤ ਜੋ ਕਿ ਸਾਂਝੇ ਤੌਰ ਤੇ ਇਕੱਠੇ ਹੋ ਕੇ ਗਾਇਆ ਜਾਂਦਾ ਹੈ ਉਹਨੂੰ ਅਸੀਂ ਉਸ ਗੀਤ ਨੂੰ ਕਹਿੰਦੇ ਨੇ ਐਂਥਮ ਸੋ ਐਂਥਮ ਵੀ ਇੱਕ ਗਾਣਾ ਹੀ ਹੁੰਦਾ ਹੈ ਗੀਤ ਹੀ ਹੁੰਦਾ ਹੈ ਪਰ ਐਂਥਮ ਇੱਕ ਖਾਸ ਕਿਸਮ ਦਾ ਗੀਤ ਹੁੰਦਾ ਜੋ ਸਕੂਲਾਂ ਵਿੱਚ ਜਾਂ ਦੇਸ਼ ਦੇ ਲੋਕ ਇਕੱਠੇ ਹੋ ਕੇ ਗਾਉਂਦੇ ਨੇ ਠੀਕ ਹੈ ਨਾ ਸੋ ਇਹ ਹੈਗਾ ਐਂਥਮ ਜਿਹਨੂੰ ਅਸੀਂ ਕਹਿੰਦੇ ਹਾਂ ਜਨ ਗਣ ਮੰ ਠੀਕ ਹੈ ਲਓ ਗਿਆ ਚੱਲੀਏ ਓਕੇ ਹੁਣ ਪਹਿਲੇ ਇੱਕ ਇੱਕ ਕਰਕੇ ਸਾਰਿਆਂ ਦੀ ਜਾਣਕਾਰੀ ਆਏਗੀ ਜਿੰਨੇ ਅਸੀਂ 7 ਸਿੰਬਲ ਹੁਣ ਇਹ ਜਨ ਦੀ ਸੂਚੀ ਦੇਖੀ ਹੈ ਉਹਨਾਂ ਦੇ ਬਾਰੇ ਵਿਸਥਾਰ ਹੈ ਅਵਰ ਨੈਸ਼ਨਲ ਫਲੈਗ ਇਜ਼ ਕਾਲਡ ਦੀ ਤਿਰੰਗਾ অর ਦੀ ਟ੍ਰਾਈ ਕਲਰ ਸਾਡਾ ਜਿਹੜਾ ਰਾਸ਼ਟਰੀ ਝੰਡਾ ਹੈ ਉਹ ਤਿਰੰਗਾ ਜਾਂ ਟ੍ਰਾਈ ਕਲਰ ਅਖਾਉਂਦਾ ਹੈ ਅੰਗਰੇਜ਼ੀ ਟ੍ਰਾਈ ਕਲਰ ਕਹਿੰਦੇ ਨੇ ਟ੍ਰਾਈ ਕਲਰ ਭੀ ਤਿੰਨ ਤਿੰਨ ਰੰਗਾਂ ਵਾਲਾ ਤਿਰੰਗਾ ਮਨੇ ਤੀ ਤਤਿਆ ਨੂੰ ਸਿਹਾਰੀ ਮਨ ਲਗੀ ਤਿੰਨ ਤਿਰੰਗਾ ਤਿੰਨ ਰੰਗਾਂ ਵਾਲਾ ਠੀਕ ਹੈ ਇਟ ਹੈਜ਼ 3 ਕਲਰਸ ਇਹ ਰੇ ਤਿੰਨ ਰੰਗ ਹਨ ਸੈਫਰਨ ਕੇਸਰੀ ਵਾਈਟ ਚਿੱਟਾ ਗ੍ਰੀਨ ਹਰਾ ਇਜ਼ ਇੰ ਰੰਗ ਹਨ ਐ ਬੜੇ ਹੋ ਗਏ ਦੀ ਸੈਫਰਨ ਇਜ਼ ਐਟ ਦੀ ਟਾਪ ਕੇਸਰੀ ਰੰਗ ਸ਼ਿਖਰ ਤੇ ਹੈ ਸ਼ਿਖਰ ਤੇ ਉੱਪਰ ਦੀ ਗ੍ਰੀਨ ਇਜ਼ ਐਟ ਦੀ ਬਾਟਮ ਹਰਾ ਰੰਗ ਸਭ ਤੋਂ ਥੱਲੇ ਹੈ ਬਿਟਵੀਨ ਦੀ ਸੈਫਰਨ ਐਂਡ ਦੀ ਗ੍ਰੀਨ ਥੇਅਰ ਇਜ਼ ਦੀ ਵਾਈਟ ਕਲਰ ਕੇਸਰੀ ਅਤੇ ਹਰੇ ਦੇ ਵਿੱਚਕਾਰ ਹਾਂ ਉਹਦੇ ਗੱਭੇ ਚਟਾ ਰੰਗ ਹੈ ਠੀਕ ਹੈ ਐ ਵਦੀ ਮਲਕੀ ਵੇਰਵਾ ਹੋ ਗਿਆ ਝੰਡੇ ਦਾ ਓਕੇ ਹਿੰਦੀ ਮਿਡਲ ਆਫ ਦੀ ਵਾਈਟ ਪਾਰਟ ਚਿੱਟੇ ਹਿੱਸੇ ਦੇ ਗੱਬੇ देयर इज ਅ ਨੇਵੀ ਬਲੂ ਨੇਵੀ ਬਲੂ ਅੰਦਾ ਗੂੜਾ ਨੀਲਾ ਰੰਗ 휠 ਚੱਕਰ ਹੈਗਾ ਵਿਦ 24 ਸਪੋਕਸ ਸਪੋਕਸ ਹੁੰਦੇ ਬੱਚੋ ਸੈਂਟਰ ਚੋਂ ਜਿਹੜੀ ਤਾਰਾਂ ਨਹੀਂ ਜਾਂਦੀਆਂ ਜਿਹਦਾ ਆਪਣਾ ਸਾਈਕਲ ਦਾ ਚੱਕਾ ਹੁੰਦਾ ਹੈ ਸਾਈਕਲ ਦੇ ਚੱਕੇ ਦੇਖੋ ਉਹ ਘੁੰਮਦਾ ਹੈ ਤੇ ਜਿਹਦੇ ਧੁਰੇ ਦੇ ਦੋਲੇ ਘੁੰਮਦਾ ਉਸ ਧੁਰੇ ਤੋਂ ਤਾਰਾਂ ਜਾਂਦੀਆਂ ਹੁੰਦੀਆਂ ਉਹਦੇ ਸਿਰੇ ਤੱਕ ਠੀਕ ਹੈ ਨਾ ਜਿਹੜਾ ਉਹਦਾ ਪਰਿਮਾਪ ਹੈਗਾ ਉਹਦਾ ਸਰਕਮਫਰੈਂਸ ਹੈ ਉੱਥੇ ਤੱਕ ਜਾਂਦੀਆਂ ਉਹਨੂੰ ਅਸੀਂ ਕਹਿੰਦੇ ਹਾਂ ਸਪੋਕਸ ਠੀਕ ਹੈ ਅਰਧ ਵਿਆਸ ਸੈਮੀ ਰੇਡੀਅਸ ਜਿਹੜਾ ਹੁੰਦਾ ਹੈ ਮਨਨ ਕਿ ਸੋਰੀ ਸੈਮੀ ਰੇਡੀਅਸ ਨਹੀਂ ਸੈਮੀ ਡਾਇਮੀਟਰ ਹੁੰਦਾ ਹੈ ਰੇਡੀਅਸ ਹੁੰਦਾ ਉਹ ਠੀਕ ਹੈ ਚਿੱਟੇ ਹਿੱਸੇ ਦੇ ਗੱਭੇ ਇਨ ਦੀ ਸੈਂਟਰ ਇਨ ਦੀ ਮਿਡਲ ਆਫ ਦੀ ਵਾਈਟ ਪਾਰਟ ਗੂੜੇ ਨੀਲੇ ਰੰਗ ਦਾ 24 ਅਰਧ ਵਿਆਸਾਂ ਦੇ ਨਾਲ ਇੱਕ ਚੱਕਰ ਹੈ ਠੀਕ ਹੈ ਨਾ ਜੇ 24 ਅਰਧ ਵਿਆਸ ਹੈਗੇ ਨੇ ਉਹ 24 ਲਾਈਨਾਂ ਆਈਆਂ ਨੇ ਤੇ ਅਰਧ ਵਿਆਸਾਂ ਦੇ ਨਾਲ ਇੱਕ ਚੱਕਰ ਹੈਗਾ ਸਰਕਲ ਹੈਗਾ ਵੀ ਕਾਲ ਇਟ ਦੀ ਅਸ਼ੋਕਾ ਚੱਕਰ ਅਸੀਂ ਇਸ ਨੂੰ ਅਸ਼ੋਕ ਚੱਕਰ ਆਖਦੇ ਹਾਂ ਇਹ ਜਿਹੜਾ ਚੱਕਰ ਹੈ ਇਹਦਾ ਨਾਂ ਹੈਗਾ ਅਸ਼ੋਕ ਚੱਕਰ ਦੀ ਸੈਫਰਨ ਕਲਰ ਆਫ आवर ਫਲੈਗ ਸਟੈਂਡਸ ਫਾਰ ਕਰੇਜ ਐਂਡ ਸੈਕਰੀਫਾਈਸ ਸਾਡੇ ਝੰਡੇ ਦਾ ਕੇਸਰੀ ਰੰਗ ਬਹਾਦਰੀ ਕਰੇਜ ਦਾ ਮਤਲਬ ਹੈ ਬਹਾਦਰੀ ਅਤੇ ਕੁਰਬਾਨੀ ਸੈਕਰੀਫਾਈਸ ਦਾ ਮਤਲਬ ਹੈ ਕੁਰਬਾਨੀ ਦਰਸਾਉਂਦਾ ਹੈ ਜਿਹੜਾ ਕੇਸਰੀ ਰੰਗ ਹੈ ਇਹ ਦੋ ਇਹ ਗੱਲਾਂ ਦਰਸਾਉਂਦਾ ਹੈ ਦੀ ਵਾਈਟ ਕਲਰ ਸਟੈਂਡਸ ਫਾਰ ਟਰੂਥ ਐਂਡ ਪੀਸ ਟਰੂਥ ਮੈਨੇ ਸੱਚਾਈ ਪੀਸ ਮੈਨੇ ਅਮਨ ਚਿੱਟਾ ਰੰਗ ਸੱਚਾਈ ਅਤੇ ਅਮਨ ਦਰਸਾਉਂਦਾ ਹੈ। ਦੀ ਗ੍ਰੀਨ ਸਟੈਂਡਸ ਫਾਰ ਫਰਟੀਲਿਟੀ। ਫਰਟੀਲਿਟੀ ਹੁੰਦਾ ਬੱਚਿਓ ਪ੍ਰੋਡਕਟਿਵਿਟੀ। ਪੈਦਾਵਾਰ। ਭੁਲਕਿ ਉਪਜਾਊਪਨ। ਠੀਕ ਹੈ? ਐਂਡ ਪ੍ਰੋਸਪਰਿਟੀ। ਪ੍ਰੋਸਪਰਿਟੀ ਹੁੰਦਾ ਖੁਸ਼ਹਾਲੀ। ਇਹ ਹੁੰਦੀ ਹੈ ਪਾਵਰਟੀ। ਇਹਦਾ ਉਲਟਾ ਗਰੀਬੀ ਆ ਤੇ ਦੀ ਗਰੀਬੀ, ਕੰਗਾਲੀ। ਜਿਹਨੂੰ ਅਸੀਂ ਕੰਗਾਲੀ ਕਹਿੰਦੇ ਹਾਂ, ਠੀਕ ਹੈ? ਪ੍ਰੋਸਪਰਿਟੀ ਮਨੇ ਕਿਸੇ ਚੀਜ਼ ਦੀ ਕਾਟ ਨਹੀਂ ਸਭ ਕੁਝ ਹੈਗਾ ਖਾਣ ਨੂੰ ਪੈਣ ਨੂੰ ਰਹਿਣ ਨੂੰ ਹੋਰ ਪਦਾਰਥ ਉਹਨੂੰ ਕਹਿੰਦੇ ਪ੍ਰੋਸਪਰਿਟੀ ਸੋ ਹਰਾ ਰੰਗ ਜਿਹੜਾ ਹੈ ਜਰਖੇਜ਼ੀ ਇਹ ਫਰਟੀਲਿਟੀ ਦਾ ਸ਼ਬਦ ਹੈ ਪੰਜਾਬੀ ਜਰਖੇਜ਼ੀ ਜਿਸ ਕਰ ਜਰਖੇਜ਼ੀ ਦਾ ਮਤਲਬ ਹੁੰਦਾ ਹੈ ਉਪਜਾਉ ਪੰਨਾ ਜੇ ਤਾਂ ਕਹਿੰਦੇ ਐ ਜ਼ਮੀਨ ਬੜੀ ਜਰਖੇਜ਼ ਹੈ ਐ ਜ਼ਮੀਨ ਬੜੀ ਉਪਜਾਉ ਹੈ ਐ ਜ਼ਮੀਨ ਬੜੀ ਫਰਟਾਈਲ ਹੈ ਸੋ ਫਰਟਾਈਲ ਕੀ ਹੋ ਗਿਆ ਐਡਜੈਕਟਿਵ ਹੋ ਗਿਆ ਤੇ ਫਰਟੀਲਿਟੀ ਕੀ ਹੋ ਗਿਆ ਐ ਨਾਉਨ ਹੋ ਗਿਆ ਨਾਮ ਹੋ ਗਿਆ ਫਰਟੀਲਿਟੀ ਉਪਜਾਊ ਸ਼ਕਤੀ ਜਾਂ ਉਪਜਾਊਪਨ ਤੇ ਜਿਆਦਾ ਵਧੀਆ ਸ਼ਬਦ ਹੈ ਜ਼ਰਖੇਜ਼ੀ ਜ਼ਰਖੇਜ਼ ਵਿਸ਼ੇਸ਼ਣ ਹੈ ਜ਼ਰਖੇਜ਼ੀ ਨਾਮ ਹੈ ਤੇ ਪ੍ਰੋਸਪਰਿਟੀ ਦਾ ਸ਼ਬਦ ਹੈ ਖੁਸ਼ਹਾਲੀ ਐ ਬੱਚੇ ਦੇਖੋ ਕਿੰਨਾ ਸਾਰਾ ਇਹ ਸਬਕ پڑھਦੇ-ਪੜ੍ਹਦੇ ਟੁਆਡੀ ਅੰਗਰੇਜ਼ੀ ਦੀ ਕਿੰਨੀ ਅਭਿਆਸ ਹੋ ਸਕਦਾ ਜੇ ਤੁਸੀਂ ਇਮਾਨਦਾਰੀ ਨਾਲ ਲਗਨ ਨਾਲ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਇੱਕ ਇੱਕ ਗੱਲ ਨੋਟ ਕਰੀ ਜਾਓ ਤੇ ਬਹੁਤ ਤੁਹਾਡਾ ਸ਼ਬਦਾਂ ਦਾ ਭੰਡਾਰ ਵੱਜ ਜਾਏਗਾ ਉਹਨੂੰ ਦੇਖੋ ਪ੍ਰੋਸਪਰਿਟੀ ਨਾਮ ਹੈਗਾ ਹੁਣ ਤੁਸੀਂ ਜੇ ਕਹਿਣਾ ਹੋਵੇ ਕਿ ਜਿਹੜੇ ਬੰਦੇ ਕੋ ਪ੍ਰੋਸਪਰਿਟੀ ਹੈ ਉਹਨੂੰ ਕੀ ਕਹਾਂਗੇ ਉਹਨੂੰ ਕਹਾਂਗੇ ਪ੍ਰੋਸਪਰਸ ਇੱਥੇ ਈ ਆ ਆਰ ਇਹਨਾਂ ਆਰ ਤੇ ਗੇਲ ਗਾਦੋ ਓ ਯੂ ਐਸ ਜਿਸ ਬੰਦੇ ਕੋ ਪ੍ਰੋਸਪਰਿਟੀ ਹੈਗੀ ਹੈ ਉਹਨੂੰ ਅਸੀਂ ਕਹਾਂਗੇ ਪ੍ਰੋਸਪਰਸ ਠੀਕ ਹੈ ਅਰਥਾਤ ਖੁਸ਼ਹਾਲ ਹੀ ਇਜ਼ ਵੈਰੀ ਪ੍ਰੋਸਪਰਸ ਉਹ ਬੜਾ ਖੁਸ਼ਹਾਲ ਹੈ ਜਾਂ ਜੇ ਕਹਿਣਾ ਹੋਵੇ ਉਹ ਖੁਸ਼ਹਾਲੀ ਵਿੱਚ ਜੀ ਰਿਹਾ ਹੈ ਹੀ ਇਜ਼ ਲੀਵਿੰਗ ਇਨ ਪ੍ਰੋਸਪਰਿਟੀ ਠੀਕ ਹੈ ਸੋ ਪ੍ਰੋਸਪਰਿਟੀ ਇਹ ਨਾਮ ਹੈਗਾ ਦੀ ਪ੍ਰੋਸਪਰ ਹੈ ਪ੍ਰੋਸਪਰਸ ਹੈ ਵਿਸ਼ੇਸ਼ਣ ਐਡਜੈਕਟਿਵ ਠੀਕ ਹੈ ਹੋ ਗਿਆ ਚਲਿਏ ਦੀ ਵੀਲ ਸਟੈਂਡਸ ਫॉर ਪੀਸਫੁਲ ਚੇਂਜ ਚੇਂਜ ਮੈਨੇ ਬਦਲਾ ਹੁਣ ਆ ਗਿਆ ਨਾਮ ਆ ਗਿਆ ਤੇ ਅੱਗੇ ਐਡਜੈਕਟਿਵ ਹੋ ਗਿਆ ਪੀਸਫੁਲ ਮੈਨੇ ਸ਼ਾਂਤੀ ਵਾਲਾ ਬਦਲਾ ਠੀਕ ਹੈ ਸ਼ਾਂਤਮਈ ਸੋ ਚੱਕਰ ਸ਼ਾਂਤਮਈ ਬਦਲਾਅ ਦਰਸਾਉਂਦਾ ਹੈ ਇਟ ਇਜ਼ ਅ ਸਿੰਬਲ ਆਫ आवर ਐਂਸ਼ੀਅੰਟ ਕਲਚਰ ਆਲਸੋ ਐਂਸ਼ੀਅੰਟ ਮੈਨੇ ਪੁਰਾਤਨ ਬਹੁਤ ਪੁਰਾਣਾ ਕਲਚਰ ਮੈਨੇ ਸਭਿਆਚਾਰ ਇਹ ਸਾਡੇ ਪੁਰਾਤਨ ਸਭਿਆਚਾਰ ਦਾ ਵੀ ਨਿਸ਼ਾਨ ਹੈ ਠੀਕ ਹੈ 10 ਅਵਰ ਟ੍ਰਾਈ ਕਲਰ ਇਜ਼ ਅ ਸਿੰਬਲ ਆਫ ਪੀਸ ਪ੍ਰੋਗਰੈਸ ਐਂਡ ਹੋਪ ਫਾਰ ਦਾ ਫਿਊਚਰ ਇਸ ਲਈ ਸਾਡਾ ਤਿਰੰਗਾ ਅਮਨ ਪੀਸ ਅਮਨ ਪ੍ਰੋਗਰੈਸ ਤਰੱਕੀ ਐਂਡ ਹੋਪ ਫਾਰ ਫਿਊਚਰ ਅਤੇ ਭਵਿੱਖ ਲਈ ਆਸ ਦਾ ਪ੍ਰਤੀਕ ਹੈ ਠੀਕ ਹੈ ਜੀ ਅੱਗੇ ਚਲੀਏ ਇਟ ਫੀਲਸ us ਵਿਦ ਪ੍ਰਾਈਡ ਹੁਣ ਇਹਦਾ ਅਖਰੀ ਅਖਰੀ ਤੇ ਜਿਹੜਾ ਤਰਜਮਾ ਹੋਏਗਾ ਇਹ ਸਾਨੂੰ ਮਾਣ ਨਾਲ ਭਰ ਦਿੰਦਾ ਹੈ ਪਰ ਬੱਚੋ ਟਰਾਂਸਲੇਸ਼ਨ ਇਦਾਂ ਨਹੀਂ ਹੁੰਦੀ ਹੁਣ ਮਾਣ ਨਾਲ ਭਰ ਦਿੰਦਾ ਹੈ ਇਹ ਤੇ ਕੋਈ ਪੰਜਾਬੀ ਬੋਲੀ ਚ ਇਦਾਂ ਕੋਈ ਸ਼ਬਦ ਬਣਦਾ ਨਹੀਂ ਮੰਨੀ ਕੋਈ ਸੈਂਟੈਂਸ ਇਦਾਂ ਬਣਦਾ ਨਹੀਂ ਹਨਾ ਅਸੀਂ ਯਾਦਤਰ ਕੀ ਕਹਿੰਨੇ ਆ ਇਹ ਮਾਣ ਨਾਲ ਸਾਡੀ ਛਾਤੀ ਚੌੜੀ ਕਰ ਦਿੰਦਾ ਕਹਿੰਦਾ ਮੇਰਾ ਪੁੱਤਰ ਨੇ ਮੇਰਾ ਪੁੱਤਰ ਜੀ ਆਈਪੀਐਸ ਕਲੀਅਰ ਕਰ ਗਿਆ ਤੇ ਪਿਤਾ ਕਹਿੰਦਾ ਮੇਰੀ ਛਾਤੀ ਮਾਣ ਨਾਲ ਚੌੜੀ ਹੋ ਗਈ ਇਹ ਵੀ ਕਹਿੰਦਾ ਮੈਂ ਮਾਣ ਨਾਲ ਭਰ ਗਿਆ ਇਹ ਥੋੜਾ ਮਨਨ ਕਿ ਇੰਨਾ ਵਧੀਆ ਨਹੀਂ ਲੱਗਦਾ ਬੋਲਣ ਨੂੰ ਠੀਕ ਹੈ ਨਾ ਸੋ ਇੰਗਲਿਸ਼ ਵਿੱਚ ਤੇ ਇਦਾਂ ਲਿਖੀਦਾ ਇਟ ਫਿਲਸ ਅਸ ਵਿਦ ਪ੍ਰਾਈਡ ਠੀਕ ਹੈ ਅਰਥਾਤ ਇਹ ਮਾਨ ਨਾਲ ਸਾਡੀ ਛਾਤੀ ਚੌੜੀ ਕਰ ਦਿੰਦਾ ਹੈ ਠੀਕ ਹੈ ਇਟ ਰਿਮਾਈਂਡਸ ਅਸ ਰਿਮਾਈਂਡਸ ਅਸ ਚੇਤੇ ਕਰਾਉਂਦਾ ਹੈ ਯਾਦ ਕਰਾਉਂਦਾ ਹੈ ਆਫ ਦੀ ਗ੍ਰੇਟ ਸੈਕਰੀਫਾਈਸਸ ਸੈਕਰੀਫਾਈਸ ਕੁਰਬਾਨ ਕੁਰਬਾਨੀ ਸੈਕਰੀਫਾਈਸਸ ਕੁਰਬਾਨੀਆਂ ਗ੍ਰੇਟ ਮਹਾਨ ਗ੍ਰੇਟ ਸੈਕਰੀਫਾਈਸਸ ਮਹਾਨ ਕੁਰਬਾਨੀਆਂ ਆਫ ਦੋਜ਼ ਉਹਨਾਂ ਦੀਆਂ ਹੂ ਗਾਟ ਅਸ ਆਵਰ ਫਰੀडम ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਇਹ ਸਾਨੂੰ ਉਹਨਾਂ ਮਹਾਨ ਕੁਰਬਾਨੀਆਂ ਦੀ ਯਾਦ ਹੁੰਦਾ ਹੈ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਠੀਕ ਹੈ ਵੀ ਸੈਲੂਟ आवर ਨੈਸ਼ਨਲ ਫਲੈਗ ਅਸੀਂ ਆਪਣੇ ਕੌਮੀ ਝੰਡੇ ਨੂੰ ਸੈਲੂਟ ਕਰਦੇ ਹਾਂ ਸਲਾਮ ਕਰਦੇ ਹਾਂ ਵੀ ਸੈਲੂਟ आवर ਗ੍ਰੇਟ ਫਰੀडम ਫਾਈਟਰਸ ਫਰੀडम ਮੈਨੇ ਆਜ਼ਾਦੀ ਫਾਈਟਰ ਮੈਨੇ ਲੜਨ ਵਾਲਾ ਸੋ ਫਰੀडम ਫਾਈਟਰ ਆਜ਼ਾਦੀ ਕੋ ਲਾਟੀਆ ਤੇ ਫਰੀडम ਫਾਈਟਰਸ ਆਜ਼ਾਦੀ ਕੋ ਲਾਟੀਏ ਸੋ ਅਸੀਂ ਆਪਣੇ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਸਲਾਮ ਕਰਦੇ ਹਾਂ ਠੀਕ ਹੈ ਸੈਲੂਟ ਮੈਨੇ ਸਲਾਮ ਕਰਨਾ ਓਕੇ ਹੁਣ ਆ ਗਿਆ ਨੈਸ਼ਨਲ ਐਮਬਲਮ आवर ਨੈਸ਼ਨਲ ਐਮਬਲਮ ਇਜ਼ ਅ ਰੈਪਲੀਕਾ ਰੈਪਲੀਕਾ ਦਾ ਕੋਚਾ ਕਾਪੀ ਬਿਲਕੁਲ ਇਹਨੂੰ ਉਤਾਰਾ ਉਹ ਕਹਿੰਦੇ ਭੀ ਉਹ ਕੋਈ ਚੀਜ਼ ਦਾ ਚਾਹੇ ਉਹ ਰੈਪਲੀਕਾ ਜ਼ਰੂਰੀ ਨਹੀਂ ਕਿ ਉਸੀ ਆਕਾਰ ਦੀ ਹੋਵੇ ਉਹਦਾ ਸਕੇਲ ਜਿਹੜਾ ਹੈ ਆਕਾਰ ਵੱਡਾ ਛੋਟਾ ਹੋ ਸਕਦਾ ਹੈ ਠੀਕ ਹੈ ਜਿਹਦਾ ਅਸੀਂ ਜਹਾਜ਼ ਦਾ ਰੈਪਲੀਕਾ ਬਣਾਨੇ ਹਾਂ ਤੇਵਾਰੋ ਕੋਈ ਚੀਜ਼ ਹੁੰਦੀ ਹੈ ਉਹਦੀ ਕਾਪੀ ਬਣਾਣੀ ਉਹਦਾ ਉਤਾਰਾ ਕਰਨਾ ਤੇਸੀਂ ਕਹਾਂਗੇ ਇਹ ओरिजिनल ਚੀਜ਼ ਨਹੀਂ ਹੈਗੀ ਇਹ ਉਹਦਾ ਰੈਪਲੀਕਾ ਹੈ ਉਹਦੀ ਕਾਪੀ ਹੈ ਠੀਕ ਹੈ ਅ ਵੈਰੀ ਗ੍ਰੇਟ ਐਂਡ ਐਗਜੈਕਟ ਕਾਪੀ ਇਹ ਵੀ ਲਿਖਿਆ ਵੀ ਹੋਇਆ ਹੈ ਵੱਡੇ ਸਾਈਜ਼ ਦੀ ਅਤੇ ਐਗਜੈਕਟ ਕਾਪੀ ਇਨ ਬਿਨ ਉਤਾਰਾ ਆਫ ਦੀ ਕੈਪੀਟਲ ਕੈਪੀਟਲ ਬੱਚਾ ਹੁੰਦਾ ਟਾਪ ਜਾਂ ਹੈਡ ਅਸੀਂ ਜਿੱਦਾਂ ਯੂਐਸਏ ਦੇ ਵਿੱਚ ਜਿਹੜੀ ਸਰਕਾਰੀ ਬਿਲਡਿੰਗ ਹੈਗੀ ਹੈ ਨਾ ਜਿੱਥੇ ਸੈਨੇਟ ਤੇ ਉਹਨਾਂ ਦੇ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਮਿਲਦੇ ਨੇ ਗਵਰਨਮੈਂਟ ਦੀ ਬਿਲਡਿੰਗ ਹੈ ਉਹਨੂੰ ਵੀ ਕੈਪੀਟਲ ਕਿਹਾ ਜਾਂਦਾ ਹੈ ਸੋ ਕੈਪੀਟਲ ਮੈਨ ਟਾਪ ਯਰ ਹੈਡ ਆਫ ਅਸ਼ੋਕਾਜ਼ ਪਿੱਲਰ ਐਟ ਸਾਰਨਾਥ ਸਾਰਨਾਥ ਜਗ੍ਹਾ ਹੈਗੀ ਹੈ ਤੇ ਪਿੱਲਰ ਹੈਗਾ ਥੰਬ ਠੀਕ ਹੈ ਉੱਥੇ ਇੱਕ ਥੰਬ ਹੈਗਾ ਜਿਹਦਾ ਨਾਮ ਹੈ ਅਸ਼ੋਕ ਥੰਬ ਤੇ ਉਹਦਾ ਜਿਹੜਾ ਟਾਪ ਦਾ ਸਿਰ ਹੈਗਾ ਉਹ ਜਿਹੜਾ ਉਹਦੀ ਕਾਪੀ ਹੈ ਉਹ ਸਾਡਾ ਨੈਸ਼ਨਲ ਐਮਬਲਮ ਹੈਗਾ ਸਾਡਾ ਕੌਮੀ ਪ੍ਰਤੀਕ ਸਾਰਨਾਥ ਵਿਖੇ ਅਸ਼ੋਕ ਥੰਬ ਦੇ ਸਿਰੇ ਦੇ ਸਿਰੇ ਦਾ ਵੱਡੇ ਆਕਾਰ ਦਾ ਉਤਾਰਾ ਹੈ ਜੋ ਦਾ ਥੰਮ ਹੈ ਥੰਮ ਦੇ ਜੋ ਸਿਰੇ ਤੇ ਟਾਪ ਤੇ ਜੋ ਚੀਜ਼ ਬਣੀ ਹੋਈ ਹੈ ਉਹਦੀ ਕਾਪੀ ਜਿਹੜੀ ਹੈ ਉਹ ਸਾਡਾ ਨੈਸ਼ਨਲ ਐਮਬਲਮ ਹੈ ਠੀਕ ਹੈ ਇਟ ਵਾਸ ਐਟ ਸਾਰਨਾਥ ਉਹ ਸਾਰਨਾਥ ਹੀ ਸੀ ਥੈਟ ਲਾਰਡ ਬੁੱਧਾ ਡਿਲੀਵਰਡ ਹਿਸ ਫਰਸਟ ਸਰਮਨ ਆਫਟਰ ਹਿਸ ਇਨਲਾਈਟਨਮੈਂਟ ਜਦੋਂ ਉਹਨੂੰ ਗਿਆਨ ਹੋ ਗਿਆ ਜਦੋਂ ਉਹ ਨਿਰਵਾਣਾ ਪ੍ਰਾਪਤ ਕੀਤਾ ਠੀਕ ਹੈ ਤਦ ਉਹਨੇ ਜੋ ਪਹਿਲਾ ਆਪਣਾ ਮਹਾਤਮਾ ਬੁੱਧ ਜੀ ਨੇ ਆਪਣਾ ਜੋ ਉਪਦੇਸ਼ ਦਿੱਤਾ ਸੀ ਉਹ ਸਾਰਨਾਥ ਸੀ ਸੋ ਇਹ ਸਾਰਨਾਥ ਸੀ ਜਿੱਥੇ ਮਹਾਤਮਾ ਬੁੱਧ ਨੇ ਗਿਆਨ ਪ੍ਰਾਪਤੀ ਮਗਰੋਂ ਪਹਿਲਾ ਉਪਦੇਸ਼ ਦਿੱਤਾ ਓਕੇ आवर ਨੈਸ਼ਨਲ ਐਮਬਲਮ ਹੈਜ਼ ਟੂ ਪਾਰਟਸ ਜਿਹੜਾ ਸਾਡਾ ਰਾਸ਼ਟਰੀ ਪ੍ਰਤੀਕ ਹੈ ਇਹਦੇ ਦੋ ਹਿੱਸੇ ਹਨ ਦੀ ਟੌਪ ਐਂਡ ਦੀ ਬੇਸ ਦੀ ਸਾਡੇ ਕੌਮੀ ਪ੍ਰਤੀਕ ਦੇ ਦੋ ਹਿੱਸੇ ਹਨ ਇੱਕ ਸਿਰਾ ਅਤੇ ਥੜਾ ਮਤਲਬ ਕਿ ਉੱਪਰਲਾ ਉੱਪਰਲਾ ਟੌਪ ਸਿਰਾ ਜਿਹਨੂੰ ਕਹਿੰਦੇ ਆ ਤੇ ਥੱਲੜਾ ਬੇਸ ਥੜਾ ਤੇ ਟੌਪ ਤੇ ਕੀ ਹੈਗਾ ਦੀ ਟੌਪ ਹੈਜ਼ 4 ਲਾਈਨਸ ਸਿਟਿੰਗ ਬੈਕ ਟੂ ਬੈਕ ਪਿੱਠ ਨਾਲ ਪਿੱਠ ਕਰਕੇ ਵਿਦ देयर ਫੇਸਿਸ ਆਪਣੇ ਮੂੰਹ ਇਨ ਡਿਫਰੈਂਟ ਡਾਇਰੈਕਸ਼ਨਸ ਵੱਖਰੀਆਂ ਦਿਸ਼ਾਵਾਂ ਵਿੱਚ ਸਿਰੇ ਤੇ ਚਾਰ ਸ਼ੇਰ ਹਨ ਜੋ ਪਿੱਠ ਨਾਲ ਪਿੱਠ ਲਾ ਕੇ ਬੈਠੇ ਹਨ ਅਤੇ ਉਹਨਾਂ ਦੇ ਮੂੰਹ ਚਾਰ ਵੱਖ-ਵੱਖ ਦਿਸ਼ਾਵਾਂ 'ਚ ਹਨ ਠੀਕ ਹੈ ਦੀ ਬੇਸ ਐਜ਼ ਅ ਹਾਰਸ ਜਿਹੜਾ ਬੇਸ ਹੈਗਾ ਥੜਾ ਹੈਗਾ ਉੱਤੇ ਇੱਕ ਘੋੜਾ ਹੈ ਓਨ ਦੀ ਲੈਫਟ ਖੱਬੇ ਪਾਸੇ ਅ ਬੀਲ ਇਨ ਦੀ ਮਿਡਲ ਗੱਭੇ ਚੱਕਰ ਹੈਗਾ ਐਂਡ ਅ ਬੁੱਲ ਔਨ ਦੀ ਰਾਈਟ ਤੇ ਸੱਜੇ ਪਾਸੇ ਬਲਦ ਹੈ ਸੋ ਥੜੇ ਦੇ ਖੱਬੇ ਪਾਸੇ ਘੋੜਾ ਹੈ ਗੱਬੇ ਇੱਕ ਚੱਕਰ ਹੈ ਅਤੇ ਸੱਜੇ ਪਾਸੇ ਇੱਕ ਬਲਦ ਹੈ ਓਕੇ ਬਿਲੋ ਥੀਸ 3 ਫਿਗਰਸ ਤੇ ਜਿਹੜੀਆਂ ਤਿੰਨ ਆਕਾਰ ਹੈਗੇ ਨੇ ਫਿਗਰਸ ਕਿਹੜੇ ਆਕਾਰ ਇੱਕ ਘੋੜਾ ਚੱਕਰ ਤੇ ਬਲਦ ਦੀ ਵਰਡਸ ਸਤਿਮੇਵ ਜੈਤੇ ਟਰੂਥ ਅਲੋਨ ਟ੍ਰਾਇੰਸ ਟ੍ਰਾਇੰਫ ਮੈਨੂੰ ਹੁੰਦਾ ਹੈ ਜਿੱਤ ਤ੍ਰਾਂਸ ਮਨੇ ਜਿੱਤ ਹੁੰਦੀ ਹੈ ਪ੍ਰUTH HELONE ਸੱਚ ਦੀ ਜਿੱਤ ਹੁੰਦੀ ਹੈ ਆਰ ਇਨਸਕ੍ਰਾਈਬਡ ਇਨਸਕ੍ਰਾਈਬ ਹੁੰਦਾ ਬੱਚੋ ਉਕਰਨਾ ਇਨਸਕ੍ਰਾਈਬਡ ਮਨੇ ਉਕਰੇ ਹੋਏ ਹਨ ਇਨ ਤਿੰਨ ਆਕਾਰਾਂ ਦੇ ਥੱਲੇ ਸ਼ਬਦ ਸਤਿਅਮੇਵ ਜਯਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਉਕਰੇ ਹੋਏ ਹਨ ਠੀਕ ਹੈ आवर ਨੈਸ਼ਨਲ ਐਮਬਲਮ ਇਜ਼ ਆਲਸੋ ਦੀ ਸੀਲ ਆਫ ਦੀ ਗਵਰਨਮੈਂਟ ਆਫ ਇੰਡੀਆ ਸੀਲ ਉਹਦੀ ਮੋਰ ਠੱਪਾ ਚੋਪ ਜਿਹਨੂੰ ਕਹਿ ਦਿੰਦੇ ਆ ਠੀਕ ਹੈ ਸਾਡਾ ਕੌਮੀ ਪ੍ਰਤੀਕ ਭਾਰਤ ਸਰਕਾਰ ਦੀ ਮੋਹਰ ਵੀ ਹੈ ਠੀਕ ਹੈ ਉਹ ਦੇਖੀਏ ਵੀ ਹੈਵ ਇਟ ਤੈਨੂੰ ਕੀ ਵਾਟ ਵੀ ਹੈਵ ਥਿਸ ਸੀਲ ਜਿਹੜਾ ਐਂਡ ਸਾਡਾ ਨੈਸ਼ਨਲ ਐਮਬਲਮ ਹੈ ਵੀ ਹੈਵ ਇਟ ਔਨ 올 ਆਵਰ ਕਰੰਸੀ ਨਾ ਕਰੰਸੀ ਨੋਟਾਂ ਦੇ ਬਣਿਆ ਹੋਇਆ ਉਹ ਸ਼ੇਅਰ ਬਣਿਆ ਹੋਇਆ ਨਾ ਚੌਥਾ ਸ਼ੇਅਰ ਪਿਛਲਾ ਤੇ ਨਜ਼ਰ ਨਹੀਂ ਆਉਂਦਾ ਪੂਰਾ ਮੂੰਹ ਸਾਹਮਣੇ ਨਜ਼ਰ ਆਉਂਦਾ ਹੈ ਸੈਂਟਰ ਚ ਤੇ ਅੱਧਾ ਮੂੰਹ ਖੱਬੇ ਸੱਜੇ ਨਜ਼ਰ ਆਉਂਦਾ ਸਾਨੂੰ ਠੀਕ ਹੈ ਸੋ ਸਟੈਂਪ ਪੇਪਰਸ ਰੈਵਨਿਊ ਸਟੈਂਪਸ ਅਫੀਸ਼ੀਅਲ ਡਾਕੂਮੈਂਟਸ ਐਂਡ 올 ਅਫੀਸ਼ੀਅਲ ਪਬਲਿਕेशंस ਇਹ ਸਾਡੇ ਸਾਰੇ ਕਰੰਸੀ ਨੋਟਾਂ ਤੇ ਇਹੜੇ ਨੋਟ ਹੈਗੇ ਨੇ 5 ਦਾ 10 ਦਾ 10 ਦਾ 100 ਦਾ 1000 ਦਾ 2000 ਦਾ ਸਾਰੇ ਨੋਟਾਂ ਦੇ ਹੈ ਠੱਪਾ ਹੈਗਾ ਸਟੈਂਪ ਪੇਪਰਸ ਜਿਹਨੂੰ ਸੀ ਸਟੈਂਪ ਪੇਪਰ ਕਹਿ ਦਿੰਨੇ ਆ ਰੈਵਨਿਊ ਸਟੈਂਪਸ ਲਾਲ ਰੰਗ ਦੀ ਹੁੰਦੀ ਹੈ ਟਿਕਟਾਂ ਹੁੰਦੀਆਂ ਇਹਨੂੰ ਰਸੀਦੀ ਟਿਕਟਾਂ ਕਹਿ ਦਿੰਨੇ ਆ ਅਫੀਸ਼ੀਅਲ ਡਾਕੂਮੈਂਟ ਸਰਕਾਰੀ ਕਾਗਜ਼ਾਤਾਂ ਤੇ ਜਿਹੜੇ ਵੀ ਸਰਕਾਰੀ ਕਾਰਵਾਈਆਂ ਦੇ ਕੰਮਕਾਰ ਹੁੰਦੇ ਨੇ ਅਤੇ ਸਾਰੇ ਸਰਕਾਰੀ ਪ੍ਰਕਾਸ਼ਨਾਂ ਤੇ ਜਿਹੜੇ ਗਵਰਨਮੈਂਟ ਆਫ ਇੰਡੀਆ ਤੋਂ ਕੋਈ ਕਿਤਾਬਾਂ ਕੋਈ ਜਰਨਲ ਕੋਈ ਸਰਕੂਲਰ ਛਪਦੇ ਨੇ ਉਹਨਾਂ ਸਾਰਿਆਂ ਤੇ ਇਹਦਾ ਨਿਸ਼ਾਨ ਹੁੰਦਾ ਹੈ ਇਟ ਵਾਸ ਅਡਾਪਟਡ ਬਾਈ ਦੀ ਗਵਰਨਮੈਂਟ ਆਫ ਇੰਡੀਆ ਔਨ 26 ਜਨਵਰੀ 1950 ਇਹ 26 ਜਨਵਰੀ 1950 ਨੂੰ ਭਾਰਤ ਸਰਕਾਰ ਵੱਲੋਂ ਅਪਣਾਇਆ ਗਿਆ ਸੀ ਮਤਲਬ ਕਿ ਫਾਰਮਲ ਤੌਰ ਤੇ ਅਪਚਾਰਿਕ ਤੌਰ ਤੇ ਭਾਰਤ ਸਰਕਾਰ ਨੇ ਕਿਹਾ ਵੀ 26 ਜਨਵਰੀ 1950 ਨੂੰ ਕੀ ਹੈ ਇਹਦਾ ਨਿਸ਼ਾਨ ਹੈ ਇਹ ਸਾਡੀ ਸਰਕਾਰੀ ਮੋਰ ਵਜੋਂ ਮੰਨੀ ਜਾਏਗੀ ਸਰਕਾਰੀ ਮੋਰ ਵਜੋਂ ਇਹਨੂੰ ਪ੍ਰਵਾਨ ਕੀਤਾ ਗਿਆ ਇਹਨੂੰ ਅਪਣਾਇਆ ਗਿਆ ਠੀਕ ਹੈ ਓਕੇ ਫਿਰ ਆ ਗਿਆ आवर ਨੈਸ਼ਨਲ ਐਂਥਮ ਜਨ ਗਣ ਮਨ ਇਜ਼ ਅ Song that is highly melodious ਮੈਲੋਡੀ ਹੁੰਦੀ ਹੈ ਧੁਨ ਮਤਲਬ ਕਿ ਟਿਊਨ ਤੇ ਬੜੀ ਜਿਹੜੀ ਮਧੁਰ ਟਿਊਨ ਹੋਵੇ ਸੁਣਨ ਨੂੰ ਬੜੀ ਚੰਗੀ ਲੱਗੇ ਤੇ ਮੈਲੋਡੀਅਸ ਮਨੇ ਧੁਨ ਵਾਲਾ ਦੀਪਲੀ ਮੈਨੇ ਬਹੁਤ ਡੂੰਗਾ मीनिंगफुल ਮੈਨੇ ਅਰਥਪੂਰਨ ਠੀਕ ਹੈ ਸੋ ਸਾਡਾ ਰਾਸ਼ਟਰੀ ਗਾਣ ਬੜਾ ਸੰਗੀਤਮਈ ਅਤੇ ਅਰਥਪੂਰਨ ਹੈ ਇਹਦਾ ਕੋਈ ਮਤਲਬ ਨਹੀਂ ਹੈਗਾ ਸੰਗੀਤਮਈ ਹੈ ਬੜਾ ਤੇ ਅਰਥਪੂਰਨ ਹੈ ਇਟ ਵਾਸ ਰਿਟਨ ਐਂਡ ਕੰਪੋਜ਼ਡ ਬਾਈ ਰਵਿੰਦਰਨਾਥ ਟੈਗੋਰ ਇਹ ਰਵਿੰਦਰਨਾਥ ਟੈਗੋਰ ਦੁਆਰਾ ਲਿਖਿਆ ਰਿਟਨ ਕੰਪੋਜ਼ਡ ਅਚਿਆ ਅਤੇ ਰਚਿਆ ਗਿਆ ਸੀ ਉਹਨਾਂ ਨੇ ਇਹਨੂੰ ਰਚਿਆ ਉਹਨਾਂ ਨੇ ਲਿਖਿਆ ਹੀ ਵਾਸ ਅ ਗ੍ਰੇਟ ਪੋਇਟ ਉਹ ਬੜੇ ਮਹਾਨ ਕਵੀ ਸਨ ਐਂਡ ਵਾਸ ਅਵਾਰਡਡ ਦੀ ਨੋਬਲ ਪ੍ਰਾਈਜ਼ ਫॉर ਲਿਟਰੇਚਰ ਇਨ 1913 ਸੋ so, 1913 ਵਿੱਚ ਇਹਨਾਂ ਨੂੰ ਨੋਬਲ ਪੁਰਸਕਾਰ ਨੋਬਲ ਇਨਾਮ ਦੇ ਨਾਲ ਨਿਵਾਜਿਆ ਗਿਆ ਸੀ ਉਹ ਬੜੇ ਵੱਡੇ ਕਵੀ ਸਨ ਤੇ ਉਹਨਾਂ ਨੂੰ 1913 ਵਿੱਚ ਸਾਹਿਤ ਵਾਸਤੇ ਲਿਟਰੇਚਰ ਦਾ ਮਤਲਬ ਹੁੰਦਾ ਹੈ ਸਾਹਿਤ ਠੀਕ ਹੈ ਗੀਤਾਂਜਲੀ ਕਿਤਾਬ ਸੀ ਲਿਖੀ ਸੀ ਉਹਨਾਂ ਕਰਕੇ ਇਹਨਾਂ ਨੂੰ ਮਿਲਿਆ ਸੀ ਨੋਬਲ ਪ੍ਰਾਈਜ਼ ਠੀਕ ਹੈ ਸੋ ਲਿਟਰੇਚਰ ਦੇ ਵਾਸਤੇ ਵਿੱਚ ਸਾਹਿਤ ਵਾਸਤੇ ਨੋਬਲ ਇਨਾਮ ਨਾਲ ਨਿਵਾਜਿਆ ਗਿਆ ਸੀ 1913 ਦੇ ਵਿੱਚ ਉਦੋਂ ਵਾਲੇ ਦੇਸ਼ ਸਾਡਾ ਆਜ਼ਾਦ ਨਹੀਂ ਹੋਇਆ ਸੀ ਬੜੀ ਪੁਰਾਣੀ ਗੱਲ ਹੈ ਠੀਕ ਹੈ ਓਕੇ आवर ਨੈਸ਼ਨਲ ਐਂਥਮ ਇਸ ਸੰਗ ਇਸ ਸੰਗ ਮਨੇ ਗਾਇਆ ਜਾਂਦਾ ਹੈ ਹੁਣ ਦੇਖੋ ਇਹ ਥਰਡ ਫਾਰਮ ਹੈ ਐ ਪੈਸਿਵ ਵਾਇਸ ਹੈ ਪੈਸਿਵ ਇਸ ਸੰਗ ਪੈਸਿਵ ਵਾਇਸ ਤੁਸੀਂ ਪਿਛਲੇ ਲੈਸਨ ਵਿੱਚ ਤੁਹਾਡਾ ਪੈਸਿਵ ਵਾਇਸ ਦਾ ਗ੍ਰਾਮਰ ਇਨ ਯੂਜ਼ ਅਸੀਂ ਤੁਹਾਨੂੰ ਕਰਾਇਆ ਜੇ ਉਹ ਤੁਸੀਂ ਯਾਦ ਕਰੋ ਦੇਖੋ ਤਾਂ ਮੈਂ ਕਿਆ ਵੀ ਸੀਗਾ ਵੀ ਤੁਸੀਂ ਸਾਰੇ ਆਪਣੇ ਸੈਂਟੈਂਸਸ ਨੂੰ ਦਾਨਾ ਪੜਿਆ ਕਰੋ ਵਿਚਾਰਿਆ ਕਰੋ ਤੁਹਾਨੂੰ ਅੱਚ ਐਕਟਿਵ ਪੈਸਿਵ ਦਾ ਪਤਾ ਲੱਗੇਗਾ ਹੁਣ ਸੰਗ ਜਿਹੜੀ ਹੈ ਥਰਡ ਫਾਰਮ ਹੈਗੀ ਹੈ ਸੰਗ ਗਾਣਾ ਸੰਗ ਗਾਇਆ ਸੰਗ ਆ ਗਈ ਥਰਡ ਫਾਰਮ ਠੀਕ ਹੈ ਸੋ आवर ਨੈਸ਼ਨਲ ਐਂਥਮ ਇਜ਼ ਸੰਗ ਔਨ ਆਲ ਸੈਰੇਮੋਨੀਅਲ ਸੈਰੇਮੋਨੀਅਲ ਮਨੇ ਜਿਹੜੇ ਰਸਮੀ ਜਿਹੜੇ ਸਮਾਗਮ ਹੁੰਦੇ ਨੇ ਠੀਕ ਹੈ ਰਾਸ਼ਟਰੀ ਗਾਣ ਸਾਰੇ ਸਮਾਗਮਾਂ ਤੇ ਮੌਕੇ ਤੇ ਗਾਇਆ ਜਾਂਦਾ ਹੈ ਠੀਕ ਹੈ ਇਟ ਇਜ਼ ਆਲਸੋ ਸੰਗ

ਸਹਿਜੀਲਤਾ ਅਤੇ ਕੌਮੀ ਜਥੇਬੰਦੀ ਦਾ ਸੁਨੇਹਾ ਦਿੰਦਾ ਹੈ ਠੀਕ ਹੈ ਅਗਲੀ ਚੀਜ਼ ਵੀ ਸ਼ੁੱਡ ਸਟੈਂਡ ਐਟ ਅਟੈਂਸ਼ਨ ਸਟੈਂਡ ਐਟ ਅਟੈਂਸ਼ਨ ਹੁੰਦਾ ਸਾਵਧਾਨ ਹੋ ਕੇ ਖੜੇ ਹੋਣਾ ਢਿੱਲੇ ਮਿੱਠੇ ਨਹੀਂ ਸਾਵਧਾਨ ਹੋ ਕੇ ਖੜੇ ਹੋਣਾ ਨੂੰ ਕਹਿੰਦੇ ਸਟੈਂਡ ਐਟ ਅਟੈਂਸ਼ਨ ਸੋ ਵੀ ਸ਼ੁੱਡ ਸਟੈਂਡ ਐਟ ਅਟੈਂਸ਼ਨ ਵੈਨ ਦੀ ਨੈਸ਼ਨਲ ਐਂਥਮ ਇਜ਼ ਬੀਂਗ ਪਲੇਡ অর ਸੰਗ ਪਲੇਡ ਮਨੇ ਜਦੋਂ ਇਹਦੀ ਧੁਨ ਵੱਜ ਰਹੀ ਹੈ ਸੰਗ ਮਨੇ ਗਾਇਆ ਜਾ ਰਿਹਾ ਹੈ ਰਾਸ਼ਟਰੀ ਗਾਣ ਦੇ ਗਾਏ ਜਾਣ ਵੇਲੇ ਜਾਂ ਉਸਦੀ ਧੁਨ ਵਜਣ ਵੇਲੇ ਸਾਨੂੰ ਸਾਵਧਾਨ ਹੋ ਕੇ ਖੜੇ ਹੋਣਾ ਚਾਹੀਦਾ ਹੈ। ਓਕੇ। ਅਗਲਾ ਆ ਗਿਆ ਬੱਚਿਓ आवर ਨੈਸ਼ਨਲ Song ਸਾਡਾ ਰਾਸ਼ਟਰੀ ਤਰਾਨਾ ਰਾਸ਼ਟਰੀ ਗੀਤ ਵਾਸ ਰਿਟਨ ਲਿਖਿਆ ਗਿਆ ਸੀ ਬਾਏ ਬੰਕਮ ਬੰਕਿਮ ਚੰਦਰ ਚੱਟਰਜੀ ਸਾਡਾ ਕੌਮੀ ਗੀਤ ਬੰਕਿਮ ਚੰਦਰ ਚੱਟਰਜੀ ਵੱਲੋਂ ਲਿਖਿਆ ਗਿਆ ਸੀ। ਦੀ Song ਇਸ ਇਨ ਦੀ ਫਾਰਮ ਆਫ ਅ ਸਨਸ ਸਨ ਜਗ੍ਹਾ 에ਪੋਸਟ੍ਰੋਫੀ ਹੈ ਸਨ ਦਾ ਸਨ ਦੀ ਸਨ ਦੇ ਠੀਕ ਹੈ ਰਿਸਪੈਕਟਫੁਲ ਮਨੇ ਮਤਲਬ ਕਿ ਬਾ ਜਿਹੜਾ ਰਿਸਪੈਕਟ ਨਾਲ ਭਰਿਆ ਹੋਇਆ ਠੀਕ ਹੈ ਸਤਕਾਰ ਨਾਲ ਭਰਿਆ ਹੋਇਆ ਆਦਰ ਨਾਲ ਭਰਿਆ ਹੋਇਆ ਹਮੇਸ਼ ਸ਼ਰਧਾਂਜਲੀ ਟੂ ਇਸ ਮਦਰ ਲੈਂਡ ਮਾਪੂਮੀ ਜਾਂ ਵਤਨ ਦੇਸ਼ ਇਹ ਗੀਤ ਇੱਕ ਪੁੱਤਰ ਵੱਲੋਂ ਸੰਸ ਪੁੱਤਰ ਵੱਲੋਂ ਆਪਣੇ ਵਤਨ ਮਤਲਬ ਕਿ ਹੈ ਮਦਰ ਲੈਂਡ ਮਾਤਭੂਮੀ ਵਤਨ ਨੂੰ ਬਾ ਅਦਬ ਬਾਦ ਮਨੇ ਰਿਸਪੈਕਟਫੁਲ ਸ਼ਰਧਾਂਜਲੀ ਦੇ ਰੂਪ ਵਿੱਚ ਹੈ ਮਤਲਬ ਕਿ ਇਹ ਗੀਤ ਇਸ ਤਰ੍ਹਾਂ ਹੈ ਕਿ ਜਿਵੇਂ ਇੱਕ ਪੁੱਤਰ ਆਪਣੇ ਮਾਂ ਨੂੰ ਸ਼ਰਧਾਂਜਲੀ ਪੇਸ਼ ਕਰ ਰਿਹਾ ਹੋਵੇ ਠੀਕ ਹੈ ਸੋ ਇੱਥੇ ਮਾਂ ਦਾ ਮਤਲਬ ਮਾਤਰ ਭੂਮੀ ਜਿਹਨੂੰ ਕਹ ਦਿੰਦੇ ਆ ਮਾਂ ਭੂਮੀ ਆਪਣਾ ਵਤਨ ਜਾਂ ਦੇਸ਼ ਠੀਕ ਹੈ ਓਕੇ ਡਿਊਰਿੰਗ ði ਸਟਰਗਲ ਸੰਘਰਸ਼ ਦੇ ਦੌਰਾਨ ਡਿਊਰਿੰਗ ਮੈਨ ਦੌਰਾਨ ਸਟਰਗਲ ਮੈਨ ਸੰਘਰਸ਼ ਫਾਰ ਇੰਡੀਆਜ਼ ਫ੍ਰੀडम ਦੇਸ਼ ਦੀ ਇੰਦ ਭਾਰਤ ਦੀ ਆਜ਼ਾਦੀ ਦੇ ਲਈ this song was a गीत sir a source some of great inspiration mahan ek apni prerna for our great freedom fighters sade mahan azadi kulaatiyan layi so ban jayega sentence bharat de azadi sangharsh dauran ek geet sade mahan azadi kulaatiyan layi badi prerna da ek source si some one source theek hai ਦੇਖੋ ਬੱਚੋ ਕਿੰਨੇ ਸਾਰੇ ਸ਼ਬਦ ਤੁਹਾਨੂੰ ਸਿੱਖਣ ਨੂੰ ਮਿਲ ਰਹੇ ਨੇ ਬਸ਼ਰਤੇ ਤੁਸੀਂ ਸੁਣਦੇ ਸੁਣਦੇ ਨਾਲ ਦੇ ਨਾਲ ਇਹਨਾਂ ਨੂੰ ਨੋਟ ਕਰੀ ਜਾਓ ਤੇ ਇਹਨਾਂ ਨੂੰ ਵਰਤਨ ਦਾ ਅਭਿਆਸ ਕਰੋ ਠੀਕ ਹੈ ਔਰ ਨੈਸ਼ਨਲ ਐਨੀਮਲ ਇਜ਼ ది ਟਾਈਗਰ ਸਾਡਾ ਰਾਸ਼ਟਰੀ ਜਾਨਵਰ ਚੀਤਾ ਹੈ ਦਿਸ ਐਨੀਮਲ ਇਜ਼ ਅ ਸਿੰਬਲ ਪ੍ਰਤੀਕ ਹੈ ਨਿਸ਼ਾਨ ਹੈ ਦਰਸਾਉਂਦਾ ਹੈ ਗ੍ਰੇਸ ਸੋਭਾ ਸਟਰੈਂਥ ਤਾਕਤ ਐਜਿਲਿਟੀ ਫ੍ਰਤੀਲਾਪਨ ਫਰਤੀ ਫੀਅਰਲੈਸਨੈਸ निडरता जानवर ताकत, फुर्ती निर्भयता का प्रतीक है सारे शब्द ने ग्रेस स्ट्रेंथ, एजिलिटी, सारे सारे नाउन नाम भाव भाववाचक नाम ने सारे भाववाचक ग्रेस स्ट्रेंथ एजिलिटी, फीयलैसनैस सो यह सारी खूबियां ठीक है गुण हैवंबर है नवंबर उन्नीस सौ बहत्तर तो एज सिंस जिन मतलब नवंबर उन्नीस सौ बहत्तर तो है एज अवर नेशनल एनिमल राष्ट्रीय जानवर सो उन्नीस सौ बहत्तर तो नवंबर दे चीता राष्ट्रीय जानवर वजो अपनाया गया है अवर नेशनल वर्ड इज द पीकॉक पीकॉक मैंने मोर ਪੰਛੀ ਬर्ड ਸਾਡਾ ਰਾਸ਼ਟਰੀ ਪੰਛੀ ਮੋਰ ਹੈ this bird is deeply loved ਈਵਲੀ ਲੋਡਨ ਬਹੁਤ ਦੁਗਾਈ ਨਾਲ ਨਾ ਪਿਆਰ ਕੀਤਾ ਜਾਂਦਾ ਬਹੁਤ ਜ਼ਿਆਦਾ ਪਿਆਰ ਕੀਤਾ ਜਾਂਦਾ for its ਇਹਦੇ लवली ਪਿਆਰੇ ਐਂਡ ਕਲਰਫੁਲ ਰੰਗਦਾਰ ਪਲੂਮੇਜ ਹੁੰਦਾ ਹੈ ਖੰਭ ਪੰਛੀ ਦੇ ਸਰੀਰ ਤੇ ਸਾਰੇ ਸਮੁੱਚੇ ਜਿਹੜੇ ਖੰਭ ਨੇ ਉਹਨੂੰ ਤੇ ਆ ਜਾਂਦਾ ਪਲੂਮੇਜ ਠੀਕ ਹੈ ਐਂਡ ਫॉर ਇਟਸ ਗ੍ਰੇਸਫੁਲ ਡਾਂਸ ਮਟਕ ਵਾਲਾ ਡਾਂਸ ਠੀਕ ਹੈ ਇਸ ਪੰਛੀ ਨੂੰ ਰੰਗਦਾਰ ਖੰਭਾਂ ਅਤੇ ਮਟਕ ਵਾਲੇ ਨਾਚ ਕਰਕੇ ਬਹੁਤ ਪਿਆਰ ਦਿੱਤਾ ਜਾਂਦਾ ਹੈ ਠੀਕ ਹੈ ਸਿንስ 1963 1963 ਤੋਂ ਇਟ ਹੈਜ਼ ਬੀਨ ਅਡਾਪਟਡ ਅਪਣਾਇਆ ਗਿਆ ਹੈ ਐਜ਼ ਔਰ ਨੈਸ਼ਨਲ ਬਰਡ ਰਾਸ਼ਟਰੀ ਪੰਛੀ ਸੋ 1963 ਤੋਂ ਇਸ ਨੂੰ ਸਾਡਾ ਰਾਸ਼ਟਰੀ ਪੰਛੀ ਅਪਣਾਇਆ ਗਿਆ ਹੈ ਦੀ ਹੰਟਿੰਗ ਸ਼ਿਕਾਰ ਖੇਡਣਾ ਆਫ ਦੀ ਪੀਕਾਕ ਮੋਰ ਦਾ ਐਂਡ ਆਫ ਦੀ ਟਾਈਗਰ ਚੀਤੇ ਦਾ ਹੈਜ਼ ਨਾਉ ਬੀਨ ਬੈਂਡ ਹੁਣ ਇਹ ਕਾਨੂੰਨੀ ਤੌਰ ਤੇ ਰੋਕ ਦਿੱਤਾ ਗਿਆ ਹੈ ਮੋਰ ਅਤੇ ਚੀਤੇ ਦੇ ਸ਼ਿਕਾਰ ਦੀ ਕਾਨੂੰਨੀ ਤੌਰ ਤੇ ਮਨਾਹੀ ਹੈ ਠੀਕ ਹੈ ਬੈਨ ਹੁੰਦਾ ਬੱਚਿਓ ਬੈਨ ਕਰ ਦੇਣਾ ਅਮਲੀ ਇਸ ਚੀਜ਼ ਤੇ ਰੋਕ ਲਗਾ ਦੇਣੀ ਇਹਨੂੰ ਕਹਿੰਦੇ ਫੋਰਬਿਡ ਕਰਨਾ ਠੀਕ ਹੈ ਜਾਂ ਕਹਿੰਦੇ ਪ੍ਰੋਸਕ੍ਰਾਈਬ ਕਰਨਾ ਠੀਕ ਹੈ ਅੱਗੇ ਚਲੀ ਅਵਰ ਨੈਸ਼ਨਲ ਫਲਾਰ ਇਜ਼ ਦੀ ਲੋਟਸ ਸਾਡਾ ਰਾਸ਼ਟਰੀ ਰਾਸ਼ਟਰੀ ਫੁੱਲ ਕਮਲ ਹੈ this lovely flower ਹੈ ਪਿਆਰਾ ਫੁੱਲ ਸਿੰਬੋਲਾਈਜ਼ਸ ਦਰਸਾਉਂਦਾ ਹੈ ਪ੍ਰਤੀਕ ਹੈ ਪਿਓਰਿਟੀ ਸ਼ੁੱਧਤਾ ਐਂਡ ਰਾਈਟਿਅਸਨੈਸ ਨੇਕੀ ਇਹ ਪਿਆਰਾ ਫੁੱਲ ਸ਼ੁੱਧੀ ਅਤੇ ਨੇਕੀ ਦਰਸਾਉਂਦਾ ਹੈ many hindu gods and goddesses ਬਹੁਤ ਸਾਰੇ hindu ਦੇਵੀ ਦੇਵਤਿਆਂ ਆਰ ਸ਼ੋਨ ਦਿਖਾਏ ਜਾਂਦੇ ਹਨ ਹੋਲਡਿੰਗ this flower ਇਸ ਫੁੱਲ ਨੂੰ ਫੜੇ ਹੋਏ ਔਰ ਸਿਟਿਡ ਔਨ ਇਟ ਯਹ ਇੱਥੇ ਬੈਠੇ ਹੋਏ ਬੜੇ hindu ਦੇਵੀ ਦੇਵਤਿਆਂ ਨੂੰ ਇਸ ਫੁੱਲ ਨੂੰ ਫੜੇ ਹੋਏ ਜਾਂ ਇਸ ਤੇ ਬੈਠੇ ਹੋਏ ਦਿਖਾਇਆ ਜਾਂਦਾ ਹੈ ਦੀ ਗ੍ਰੇਸ ਐਂਡ ਬਿਊਟੀ ਇਸ ਫਲ ਦਾ ਸੋਭਾ ਪਣ ਅਤੇ ਸ਼ਾਨ ਗ੍ਰੇਸ ਮੈਨ ਸ਼ਾਨ ਵੀ ਹੈ ਗ੍ਰੇਸ ਮੈਨ ਸੋਭਾ ਵੀ ਹੈ ਸੋ ਮੈਂ ਵੱਖਰੇ ਵੱਖਰੇ ਸ਼ਬਦ ਜਿੱਥੇ ਮੈਨੂੰ ਚੇਤਾ ਆਉਂਦੇ ਨੇ ਮੈਂ ਲਿਖਣ ਦੀ ਯਤਨ ਕਰਦਾ ਤਾਂ ਕਿ ਤੁਹਾਡੇ ਸ਼ਬਦਾਂ ਦਾ ਭੰਡਾਰ ਵਧੇ ਠੀਕ ਹੈ ਦੀ ਗ੍ਰੇਸ ਐਂਡ ਬਿਊਟੀ ਆਫ ਥਿਸ ਫਲਰ ਇਸ ਅਨਮੈਚਡ ਅਨਮੈਚਡ ਮੈਨੇ ਲਾ ਮਿਸਾਲ ਜਿਹਦੀ ਕੋਈ ਮਿਸਾਲ ਨਹੀਂ ਜਿਹਦੇ ਵਰਗਾ ਕੋਈ ਹੋਰ ਨਹੀਂ ਯੂਨਿਕ ਠੀਕ ਹੈ ਦੀ ਗ੍ਰੇਸ ਐਂਡ ਬਿਊਟੀ ਆਫ ਥਿਸ ਫਲਰ ਇਸ ਅਨਮੈਚਡ ਇਸ ਫੁੱਲ ਦਾ ਸੁਹੱਪਣ ਬਿਊਟੀ ਮੈਨੇ ਸੁਹੱਪਣ ਅਤੇ ਗ੍ਰੇਸ ਸ਼ਾਨ ਲਾ ਮਿਸਾਲ ਹਨ ਇਹ ਕੋ ਲਾ ਮਿਸਾਲ ਮਿਸਾਲ ਹੁੰਦਾ ਬੱਚੋ ਉਦਾਹਰਣ ਠੀਕ ਹੈ ਮੈਚ ਤੇ ਲਾ ਮਿਸਾਲ ਉਹ ਤੋਂ ਬਿਨਾ ਜਿਦਾ ਜੀ ਕਹਿੰਦਾ ਇਲਾਜ ਤੇ ਲਾ ਇਲਾਜ ਬਿਮਾਰੀ ਇਹ ਕਹਿੰਦਾ ਲਾ ਇਲਾਜ ਬਿਮਾਰੀ ਅਰਥਾਤ ਉਹ ਬਿਮਾਰੀ ਜਿਸ ਦਾ ਕੋਈ ਉਸ ਦਾ ਕੋਈ ਇਲਾਜ ਨਹੀਂ ਜਿਦਾ ਕਹਿੰਦਾ ਲਾ ਜਵਾਬ ਜਿਹਦਾ ਕੋਈ ਜਵਾਬ ਨਹੀਂ ਠੀਕ ਹੈ ਸੋ ਲਾ ਮਿਸਾਲ ਜਿਹਦੀ ਕੋਈ ਮਿਸਾਲ ਨਹੀਂ ਕੇ 올 ધીસ નેશનલ ਸਿੰਬલ્સ ਐ ਸਾਰੇ ਰਾਸ਼ਟਰੀ ਚਿੰਨ ਪਲੇ ਆ ਵਾਈਟਲ ਰੋਲ ਐਲਕੋ ਪਹਿਲੇ ਸੀਗਾ ਸਟ੍ਰੈਟਿਜੀਕ ਪਲੇ ਐਨ ਇੰਪੋਰਟੈਂਟ ਰੋਲ ਐ ਪਲੇ ਆ ਵਾਈਟਲ ਰੋਲ ਗੱਲ ਇੱਕੋ ਹੀ ਐ ਉਥੇ ਇੰਪੋਰਟੈਂਟ ਮਹੱਤਵਪੂਰਨ ਵਾਈਟਲ ਜਿਹੜਾ ਅਸੀਂ ਕਹਿ ਦਿੰਦੇ ਆ ਵੀ ਜਿਹੜਾ ਬਹੁਤ ਜ਼ਰੂਰੀ ਠੀਕ ਐ ਅਤ ਜ਼ਰੂਰੀ ਵਾਈਟਲ ਅਤ ਜ਼ਰੂਰੀ ਇੰਪੋਰਟੈਂਟ ਅਸੀਂ ਕਹਿ ਦਿੰਦੇ ਆ ਜਿਹੜਾ ਮਤਲਬ ਕਿ ਮਹੱਤਵਪੂਰਨ ਠੀਕ ਐ ਸੋ ਐ ਸਾਰੇ ਰਾਸ਼ਟਰੀ ਚਿੰਨ ਨਿਸ਼ਾਨ ਸਾਡੀ ਜ਼ਿੰਦਗੀ ਵਿੱਚ ਅਤ ਜ਼ਰੂਰੀ ਵਾਈਟਲ ਮੈਨ ਨੇ ਅਤ ਜ਼ਰੂਰੀ ਭੂਮਿਕਾ ਨਿਭਾਉਂਦੇ ਹਨ ਦੇ ਇਨਸਪਾਇਰ ਅਸ ਸਾਨੂੰ ਪ੍ਰੇਰਦੇ ਹਨ ਟੂ ਰਿਮੇਨ ਰਹਿਣ ਵਾਸਤੇ ਯੂਨਾਈਟਿਡ ਜਥੇਬੰਦ ਇਹ ਸਾਨੂੰ ਇੱਕ ਮੁਠ ਰਹਿਣ ਲਈ ਪ੍ਰੇਰਿਤ ਕਰਦੇ ਹਨ ਜਾਂ ਪ੍ਰੇਰਦੇ ਹਨ ਦੇ ਇਨਕਰੇਜਸ ਐ ਸਾਨੂੰ ਹੌਸਲਾ ਦਿੰਦੇ ਹਨ ਹੱਲਾਸ਼ੀਰੀ ਦਿੰਦੇ ਹਨ ਟੂ ਅਪਹੋਲਡ ਝੰਡਾ ਬੁਲੰਦ ਰੱਖਣਾ ਉੱਤੇ ਰੱਖਣਾ ਕਾਇਮ ਰੱਖਣਾ ਬਹਾਲ ਰੱਖਣਾ ਦੀ ਗ੍ਰੇਟ ਮਹਾਨ ਟ੍ਰੈਡੀਸ਼ਨਸ ਪਰੰਪਰਾਵਾਂ ਐਂਡ ਵੈਲਿਊਜ਼ ਕੀਮਤਾਂ ਆਫ ਆਰ ਕਲਚਰ ਸਾਡੇ ਸੱਭਿਆਚਾਰ ਦੀਆਂ ਉਹ ਸਾਨੂੰ ਸਾਡੀਆਂ ਮਹਾਨ ਪਰੰਪਰਾਵਾਂ ਅਤੇ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਨੂੰ ਬਹਾਲ ਰੱਖਣ ਲਈ ਹੌਸਲਾ ਬਖਸ਼ਦੇ ਹਨ ਠੀਕ ਹੈ ਬੱਚਿਓ ਦੇਖੋ ਕਿੰਨਾ ਵਧੀਆ ਵੱਡਾ ਸੈਂਟੈਂਸ ਹੈ ਹੁਣ ਤੁਸੀਂ ਲਿਖੋ ਫਿਰ ਉਹ ਪੰਜਾਬੀ ਵਿੱਚ ਬੋਲੋ ਅੰਗਰੇਜ਼ੀ ਵਿੱਚ ਬੋਲੋ ਜਦੋਂ ਤੁਸੀਂ ਉੱਚੀ ਉੱਚੀਆਂ ਸੈਂਟੈਂਸਸ ਬੋਲੋਗੇ ਤੇ ਤੁਹਾਡੀ ਅੰਗਰੇਜ਼ੀ ਮੂੰਹ ਤੇ ਸਵਾਭਿਕ ਤੌਰ ਤੇ ਆਪਣੇ ਆਪ ਹੀ ਚੜਦੀ ਜਾਏਗੀ ਹੁਣ ਦੇਖੋ ਇਸ ਲੈਸਨ ਵਿੱਚ ਬੱਚਿਓ ਕਿੰਨੇ ਸਾਰੇ ਸ਼ਬਦ ਜਿਹੜੇ ਨੇ ਤੁਹਾਨੂੰ ਸਿੱਖਣ ਨੂੰ ਮਿਲੇ ਨੇ ਵਿਚਰਤੇ ਮੈਂ ਬਾਰ ਬਾਰ ਕਹਿੰਨਾ ਤੁਸੀਂ ਉਹ ਨੋਟ ਡਾਉਨ ਜ਼ਰੂਰ ਕਰੋ ਨਾਲ ਉਹਨਾਂ ਦੇ ਅਰਥ ਮੈਂ ਦੱਸੇ ਹੋਏ ਨੇ ਉਹ ਵੀ ਲਿਖੋ ਤੇ ਫਿਰ ਇਹਨਾਂ ਦਾ ਅਭਿਆਸ ਕਰੋ ਤੇ ਜਦੋਂ ਤੁਹਾਡੇ ਕੋਲ ਸ਼ਬਦਾਂ ਦਾ ਭੰਡਾਰ ਹੋਏਗਾ ਫਿਰ ਤੁਹਾਨੂੰ ਸੈਂਟੈਂਸ ਬਣਾਉਣ ਲੱਗੇ ਵਾਕ ਬਣਾਉਣ ਲੱਗੇ ਪੈਰਾਗ੍ਰਾਫ ਲਿਖਣ ਲੱਗੇ ਕੋਈ ਵੀ ਤੰਗੀ ਪਰੇਸ਼ਾਨੀ ਨਹੀਂ ਆਏਗੀ ਸੋ ਐਸੀ ਕਰੇ ਵਿਦਿਆਰਥੀਓ ਕਡ ਅਪਰੋਜ਼ ਨੰਬਰ 5 ਔਰ ਨੈਸ਼ਨਲ ਸਿੰਬल्स ਜਿਸ ਦੀ ਰੀਡਿੰਗ ਅਤੇ ਟ੍ਰਾਂਸਲੇਸ਼ਨ ਅਸੀਂ ਇਸ ਵੀਡੀਓ ਵਿੱਚ ਕੀਤੀ ਹੈ ਤੁਸੀਂ ਇਸੇ ਤਰ੍ਹਾਂ ਡਟ ਕੇ ਮਿਹਨਤ ਦੇ ਨਾਲ ਲਗਨ ਦੇ ਨਾਲ ਅਨੁਸ਼ਾਸਨ ਦੇ ਨਾਲ ਆਪਣੀ ਪੜਾਈ ਕਰੀ ਜਾਓ ਸਾਡੀ ਪ੍ਰਾਰਥਨਾ ਹੈ ਅਰਦਾਸ ਹੈ ਕਿ ਵਾਹਿਗੁਰੂ ਤੁਹਾਨੂੰ ਬਹੁਤ-ਬਹੁਤ ਤਰਕੀਆਂ ਬਖਸ਼ੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰੱਬ ਰੱਖਾ ਥੈਂਕ ਯੂ ਵੈਰੀ ਮਚ